ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਲਓ ਜੀ ਦੇਖੋ ਮੌਸਮ, ਇੱਧਰ ਮੈਂ ਤੁਹਾਨੂੰ ਦਿਖਾਉਣੀ ਆ, ਸਾਡੇ ਤਾਂ ਪੂਰਾ ਇੱਧਰ ਚਿੱਟਾ ਦਿਨ ਚੜਿਆ, ਥੋੜ੍ਹੀਆਂ ਥੋੜ੍ਹੀਆਂ ਕਣੀਆਂ ਆ ਰਹੀਆਂ ਨੇ, ਅਤੇ ਉਸ ਪਾਸੇ ਪੂਰਾ ਕਾਲਾ ਬੱਦਲ ਹੋਇਆ ਪਿਆ, ਐਨ ਹਨੇਰਾ। ਪਹਿਲਾਂ ਅਸੀਂ ਅੰਦਰ ਬੈਠੇ ਸੀ ਤਾਂ ਪੂਰਾ ਹਨੇਰਾ ਸੀ। ਅਤੇ ਚਲੋ ਜੀ ਵਲੌਗ ਸ਼ੁਰੂ ਕਰਤਾ ਆਪਾਂ ਨੇ। ਸੂਰਜ ਵੀ ਮਾੜਾ ਮਾੜਾ ਝਾਤੀਆਂ ਮਾਰ ਰਿਹਾ ਅਤੇ ਸਾਡੇ ਕਣੀਆਂ ਆ ਰਹੀਆਂ, ਕੋਈ ਕੋਈ ਕਣੀ ਆ ਰਹੀ, ਜ਼ਿਆਦਾ ਨਹੀਂ, ਪਰ ਉੱਧਰ ਬੱਦਲ ਜ਼ਿਆਦਾ ਚੜਿਆ। ਮੈਨੂੰ ਲੱਗਦਾ ਸਾਡੇ ਪਿੰਡ ਵੱਲ ਮੀਂਹ ਪੈ ਰਿਹਾ ਅਤੇ ਇੱਥੇ ਵੀ ਠੰਡਾ ਹੋ ਜਾਣਾ। ਬਹੁਤ ਘੈਂਟ ਲੱਗ ਰਿਹਾ ਅਤੇ ਮੇਰਾ ਝਾਟਾ ਦੇਖੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੋਰ ਸੁਣਾਓ ਕੀ ਹਾਲ ਹੈ। ਹੋਪ ਤੁਸੀਂ ਸਾਰੇ ਵਧੀਆ, ਅਸੀਂ ਵੀ ਠੀਕ ਹਾਂ। ਲਓ ਜੀ ਵਲੌਗ ਆਪਾਂ ਕੰਟੀਨਿਊ ਕਰਤਾ। ਦਮਨ ਚਲੀ ਗਈ ਸਕੂਲ, ਅਵਤਾਰ ਵੀ ਆ ਗਏ ਸੈਰ ਕਰਕੇ, ਅਤੇ ਬਸ ਮੇਰਾ ਝਾਟੇ ਤੋਂ ਇਗਨੋਰ ਕਰਿਓ ਮੇਰੇ ਝਾਟੇ ਨੂੰ, ਕਿਉਂਕਿ ਅੱਜ ਨਾ ਮੈਂ ਗੁੱਤਣੀ ਕੀਤੀ ਹੋਈ ਯਾਰ। ਗੁੱਤਣੀ ਬੜੀ ਵੱਡੀ ਹੈ ਮੇਰੀ, ਬਹੁਤ ਵੱਡੀ। ਮੈਨੂੰ ਬੜਾ ਸ਼ੌਂਕ ਗੁੱਤ ਕਰਨ ਦਾ, ਮੈਂ ਉੱਧਰ ਸਾਹਮਣੇ ਸ਼ੀਸ਼ੇ 'ਚ ਵੇਖ ਰਹੀ, ਪਰ ਗੁੱਤ ਮੇਰੀ ਹੁੰਦੀ ਨਹੀਂ। ਮੈਨੂੰ ਐਸੀ ਜਿੱਡੀ ਮੇਰੀ ਹਾਈਟ ਹੈ ਓਡੀ ਉਦੋਂ ਵੱਧ ਤਾਂ ਮੇਰੀ ਗੁੱਤ ਹੁੰਦੀ, ਪਰ ਕਹਿੰਦੇ ਬੰਦੇ ਮੂੰਹ ਮੰਗਿਆ ਮੌਤ ਨਹੀਂ ਮਿਲਦੀ। ਉਹ ਕਹਾਂ ਕਿ ਕੋਈ ਨਾ ਕੋਈ ਕਮੀ ਹੁੰਦੀ ਹੁੰਦੀ ਹੈ। ਅਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ। ਪਹਿਲਾਂ ਆਪਾਂ ਕੁਛ ਕੁ ਸਾਡੀਆਂ ਭੈਣਾਂ ਦੇ ਜਾਣੇ ਕੋਰੀਅਰ, ਅਤੇ ਆਪਾਂ ਉਹ ਪੈਕ ਕਰ ਲਈਏ, ਸੂਟਾਂ ਨੂੰ ਪਾ ਲਈਏ ਆਪਾਂ ਲਫਾਫਿਆਂ ਲਫੂਫਿਆਂ 'ਚ, ਫਿਰ ਕਰਦੇ ਆਪਾਂ ਵਲੌਗ ਕੰਟੀਨਿਊ। ਆਹ ਕਮਰਾ ਤਾਂ ਆਪਾਂ ਹੁਣ ਨਾ ਸੂਟਾਂ ਨਹੀਂ ਛੱਡਦਾ, ਕਿਉਂਕਿ ਮੌਸਮ ਚੇਂਜ ਹੋਣ ਕਰਕੇ ਅਸੀਂ ਉੱਧਰ ਸ਼ਿਫਟ ਹੋ ਗਏ ਹਾਂ, ਅਤੇ ਆਹ ਕਮਰੇ ਸਿਰਫ ਸਾਡਾ ਬੈੱਡ ਹੁਣ ਸੂਟਾਂ ਦਾ ਭਰਿਆ ਰਹਿੰਦਾ। ਅਤੇ ਤੁਸੀਂ ਚਾਚੀ ਗੱਲ ਨਹੀਂ ਬਣਾਉਣੀ? ਮੈਂ ਸੋਚਿਆ ਸੀ ਗੱਲ ਕੰਪਲੀਟ ਕਰ ਲਓ ਕਿ ਉਹ ਕਰਦੇ ਨਹੀਂ ਜਦੋਂ ਪਿਆਰ ਹੋਏ ਨਾ ਬੰਦਾ ਵਿੱਚੋਂ ਦੀ ਨੰਗ ਕੇ ਆ ਟੇਢਾ ਮੇਢਾ ਹੋ ਕੇ ਕਹਿੰਦਾ ਸਰ ਮੇਰੀ ਹੈਲਪ ਕਰਨਗੇ, ਹੁਣ ਬਸ ਹੀ ਸਾਹਿਬ ਇਹਨਾਂ ਨੇ ਉਹ ਪ੍ਰਿੰਟ ਪ੍ਰੂੰਟ ਕੱਢਣੇ ਨਾਮ ਦੇ, ਅਤੇ
ਦਿਓ। ਮੈਂ ਸੱਚੀ ਦੱਸਾਂ ਹੁਣ ਮੈਂ ਨਾ ਮਹੀਨੇ 'ਚ ਸਿਰਫ ਇੱਕ ਵਾਰੀ ਡਾਈ ਲਾ ਰਹੀ ਹਾਂ, ਉਹ ਵੀ ਮਾੜੀ ਮਾੜੀ ਤੇਲ ਲਾ ਕੇ ਆ ਕੰਨਾਂ ਕੁੰਨਾਂ ਦੇ ਕੋਲ ਜਿੱਥੇ ਮੇਰੇ ਵਾਈਟ ਆ ਜਾਂਦੇ ਨੇ। ਕਿੱਥੇ ਮੇਰਾ ਫੋਨ ਡਿੱਗਾ? ਅਤੇ ਉਹੀ ਡਾਈ ਲਾਉਂਦੀ ਹਾਂ, ਹੋਰ ਕੋਈ ਡਾਈ ਨਹੀਂ ਲਾ ਰਹੀ। ਵੀਡੀਓ ਚੱਲ ਰਹੀ, ਮੈਨੂੰ ਪਤਾ ਕਿ ਮੇਰਾ ਬੜਾ ਬਿਜ਼ੀ ਸ਼ਡਿਊਲ ਹੋ ਗਿਆ, ਮੈਂ ਇੱਧਰ ਵੀ ਗੱਲ ਕਰਨੀ ਅਤੇ ਤੁਹਾਡੇ ਨਾਲ ਵੀ ਗੱਲ ਕਰਨੀ, ਠੀਕ ਹੈ। ਅਤੇ ਡਾਈ ਮੈਂ ਲਾ ਰਹੀ ਹਾਂ ਜੀ, ਜਿਹੜਾ ਤਾਰ ਲਾਉਂਦੇ ਸੀ ਨਾ ਫਰੂਟ ਵਾਲਾ ਕਲਰ, ਬਸ ਉਹੀ। ਪਹਿਲਾਂ ਮੈਂ ਚੰਗੀ ਤਰ੍ਹਾਂ ਸਿਰ ਨੂੰ ਤੇਲ ਲਾ ਲੈਂਦੀ ਹਾਂ, ਜਿਵੇਂ ਕੋਈ ਵੀ ਤੇਲ, ਨਾਰੀਅਲ ਤੇਲ ਲਾ ਲਓ, ਸਰੋਂ ਦਾ ਤੇਲ ਲਾ ਲਓ, ਤੇਲ ਲਾ ਕੇ ਅਤੇ ਫਿਰ ਮੈਂ ਹਲਕੀ ਹਲਕੀ ਬਸ ਲਾਉਂਦੀ ਹਾਂ, ਜੜ੍ਹਾਂ 'ਚ ਵੀ ਨਹੀਂ ਲਾਉਂਦੀ, ਸਿਰਫ ਉੱਪਰ ਉੱਪਰ, ਜਿਵੇਂ ਆ ਮੇਰੇ ਕੰਨਾਂ ਦੇ ਕੋਲ ਵਾਈਟ ਆਉਂਦੇ ਨੇ, ਸੈਂਟਰ 'ਚ ਆਉਂਦੇ ਨੇ। ਅਤੇ ਡਾਈ ਨਾਲ ਮੈਨੂੰ ਐਲਰਜੀ ਹੋ ਰਹੀ ਹੈ ਜ਼ਿਆਦਾ, ਅਤੇ ਤਾਂ ਕਰਕੇ ਡਾਈ ਲਾਉਣੀ ਮੈਂ ਛੱਡਤੀ ਹੈ, ਕਿਉਂਕਿ ਆਪਣੀ ਹੁਣ ਉਮਰ ਵੀ ਹੋ ਗਈ ਹੈ ਅਤੇ ਚਲੋ ਡਾਈ ਦੀ ਕੋਈ ਲੋੜ ਨਹੀਂ। ਹੁਣ ਜੇ ਜ਼ਿਆਦਾ ਕੋਈ ਕੰਮ ਖਰਾਬ ਹੋਇਆ ਫਿਰ ਮੈਂ ਜਮ੍ਹਾਂ ਹੀ ਛੱਡ ਦੇਣੀ, ਫਿਰ ਤਾਂ ਬਸ ਚਿੱਟੇ ਵਾਲੀ ਰਹਿਣੀ ਹੈ, ਹੈ ਨਾ। ਹਾਂ, ਫਿਰ ਆਪਾਂ ਚਿੱਟੇ ਹੀ ਰੱਖ ਲੈਣੇ, ਜਾਂ ਫਿਰ ਚਿੱਟਾ ਰੰਗ ਹੀ ਕਰਾ ਵਾਲਾਂ ਨੂੰ। ਨਹੀਂ ਵੈਸੇ ਐਡੀ ਕੋਈ ਗੱਲ ਵੀ ਨਹੀਂ, ਹੈ ਨਾ, ਜਦੋਂ ਆਪਣੀ ਏਜ ਹੋ ਜਾਵੇ ਤਾਂ ਚਿੱਟੇ ਆ ਹੀ ਜਾਂਦੇ ਨੇ। ਬਾਕੀ ਮੇਰੇ ਏਜ ਤੋਂ ਪਹਿਲਾਂ ਹੀ ਚਿੱਟੇ ਸੀ, ਜਦੋਂ ਮੈਂ 10th 'ਚ ਪੜ੍ਹਦੀ ਸੀ ਨਾ ਉਦੋਂ ਮੇਰੇ ਮਤਲਬ ਇਹ ਜਗ੍ਹਾ ਤੋਂ ਚਿੱਟੇ ਹਨ ਥੋੜ੍ਹੇ ਥੋੜ੍ਹੇ, ਉਹ ਵੱਧਦੇ ਵੱਧਦੇ ਵੱਧ ਗਏ। ਅਤੇ ਬਾਕੀ ਮੈਨੂੰ ਇੱਕ ਦੋ ਭੈਣ ਨੇ ਸਲਾਹ ਵੀ ਦਿੱਤੀ ਸੀ, ਇੱਕ ਦੋ ਭੈਣ ਨੇ ਮੈਨੂੰ ਦੱਸਿਆ ਸੀ ਕਿ ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ ਅਤੇ ਸਰਵਾਈਕਲ ਦੀ ਪ੍ਰੋਬਲਮ ਹੈ, ਅਤੇ ਸ਼ਾਇਦ ਉਹਦੇ ਕਰਕੇ ਮਤਲਬ ਜਿਹੜਾ ਮੇਰਾ ਇੱਧਰ ਹੈ ਨਾ ਲੈਫਟ ਵਾਲਾ ਪਾਸਾ ਉਹ ਜ਼ਿਆਦਾ ਵਾਈਟ ਹੈ ਅਤੇ ਰਾਈਟ ਵਾਲਾ ਥੋੜ੍ਹਾ ਜਿਹਾ ਘੱਟ ਹੈ। ਅਤੇ ਮੈਂ ਡਾਈ ਦੱਸਣੀ ਸੀ ਤੁਹਾਨੂੰ, ਕਿੱਡਾ ਤਗੜਾ ਮੈਂ ਲੈਕਚਰ ਕਰਤਾ। ਡਾਈ ਮੈਂ ਲਾ ਰਹੀ ਹਾਂ ਫਰੂਟ ਵਾਲੀ, ਤੁਸੀਂ ਜਾ ਕੇ ਪਿੱਛੇ ਵਲੌਗ ਦੇਖ ਲਿਓ, ਹੁਣ ਹੈ ਨਹੀਂ ਇੱਥੇ, ਨਹੀਂ ਤਾਂ ਮੈਂ ਤੁਹਾਨੂੰ ਦਿਖਾ ਦਿੰਦੀ। ਉਹ ਵੀ ਬਸ ਥੋੜ੍ਹੀ ਬਹੁਤੀ ਲਾ ਰਹੀ ਹਾਂ, ਜ਼ਿਆਦਾ ਨਹੀਂ, ਕਿਉਂਕਿ ਮੈਨੂੰ ਐਲਰਜੀ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਚਲੋ ਜੀ, ਪਹਿਲਾਂ ਮੈਂ ਇੱਧਰ ਫੋਨ ਕਾਲ ਅਟੈਂਡ ਕਰ ਲਾਂ, ਮੈਸੇਜ ਆ ਰਹੇ ਨੇ ਮੇਰੇ ਬੁਟੀਕ ਵਾਲੇ ਨੰਬਰ 'ਤੇ, ਫਿਰ ਆਪਾਂ ਮਿਲਦੇ ਹਾਂ ਤੁਹਾਨੂੰ। ਦੇਖੋ ਗਾਈਸ, ਮੈਂ ਪਿਆਜ਼ ਭੁੰਨੇ ਨਾਲ ਦਮਨ ਨੂੰ ਅੱਜ ਨਾ ਮੈਂ ਤੜਕਾ ਲਾਉਣ ਨੂੰ ਕਹਿਤਾ, ਮੈਂ ਗਈ ਹੋਈ ਸੀ ਬਾਜ਼ਾਰ ਅਤੇ ਮੈਂ ਦਮਨ ਨੂੰ ਕਿਹਾ ਕਿ ਮੇਰੇ ਹੁੰਦਿਆਂ ਨੂੰ ਨਾ ਦਮਨ ਮੈਂ ਦਾਲ ਬਣਾ ਰਹੀ ਹਾਂ ਅਤੇ ਪਿਆਜ਼ ਕੱਟ ਰਹੀ ਹਾਂ, ਮੈਂ ਦਮਨ ਮੇਰੇ ਹੁੰਦਿਆਂ ਨੂੰ ਨਾ ਸਿਰਫ ਪਿਆਜ਼ ਬਰਾਊਨ ਕਰ, ਲਾਈਟ ਬਰਾਊਨ,
ਦਮਨ ਨੇ ਇੰਨੇ ਬਰਾਊਨ ਕਰਤੇ, ਇੰਨੇ ਬਰਾਊਨ ਕਰਤੇ, ਕਾਲੀ ਕਰ ਛੱਡੇ ਸਾਰੇ। ਅੱਜ ਐਵੇਂ ਦਾ ਹੀ ਖਾਣੇ ਪੈਣੇ ਨੇ ਅਤੇ ਬਸ। ਦਮਨ ਨੂੰ ਮੈਂ ਤੜਕਾ ਲਾਉਣਾ ਦੱਸਤਾ ਕਿ ਮੈਂ ਬਾਈ ਚਾਂਸ ਕਿਤੇ ਜਾਵਾਂ ਤੁਸੀਂ ਮਗਰ ਉਹ ਤੜਕਾ ਤੁਲਕਾ ਲਾ ਸਕੇ, ਕਿਉਂਕਿ ਅੱਜ ਸਾਨੂੰ ਲੇਟ ਜਾਣਾ ਪਿਆ ਬਾਜ਼ਾਰ ਅਤੇ ਮੇਰੇ ਕੋਲ ਕੱਪੜੇ ਫੜ ਕੇ ਲਿਆਉਣੇ ਹਨ ਅਤੇ ਦੁਪੱਟਿਆਂ 'ਤੇ ਲੈਸ ਲਾਉਣੀ ਹੈ, ਉਹ ਕੰਮ ਕਰਾਇਆ ਅਤੇ ਅਸੀਂ ਹੁਣੇ ਘਰ ਆਏ ਹਾਂ। ਕਿੰਨੇ ਵੱਜ ਗਏ? ਸਾਢੇ 9, ਅਸੀਂ 9 ਵਜੇ ਆਏ ਹਾਂ ਘਰ ਅਤੇ ਵਲੌਗ ਉਹ ਤੋਂ ਬਾਅਦ ਕੰਟੀਨਿਊ ਨਹੀਂ ਕੀਤਾ। ਦਾਲ ਦੂਲ ਮੈਂ ਬਣਾ ਲਈ ਹਾਂ, ਤੜਕਾ ਮੈਂ ਲਾ ਲਿਆ ਹੁਣ, ਬਾਕੀ ਗਿਆ ਇੱਧਰ ਆਪਾਂ ਨੇ ਰੱਖ ਦੇਣੀ ਚੋਰ ਖਲਾਰਾ ਬਹੁਤ ਪਿਆ, ਖਲਾਰੇ ਨੂੰ ਇਗਨੋਰ ਕਰਿਓ। ਮੈਨੂੰ ਫਰਿੱਜ 'ਚ ਦਾਲ ਮੱਖਣੀ ਨੂੰ ਤਲਾ ਬਣਾ, ਮੈਂ ਸੋਚਿਆ ਦਾਲ ਮੱਖਣੀ ਬਣਾਵਾਂਗੇ ਪਰ ਟਾਈਮ ਜ਼ਿਆਦਾ ਹੋ ਗਿਆ, ਕੁਛ ਨਾ ਕੁਛ ਵੀ ਬਣਿਆ ਵਾ, ਸਿੰਪਲ ਹੀ ਬਣਿਆ। ਟਮਾਟਰ ਹੋ ਗਿਆ ਨਾ, ਉਹ ਨਹੀਂ ਹੋ ਰਹੇ ਕਿਤੇ ਨੀ ਗਈ ਮੈਂ ਅੱਜ। ਕੱਪੜੇ ਕੱਪੜੇ ਪਏ ਨੇ 4 ਸਫੇਰੇ ਸਾਡੇ ਘਰ 'ਚ ਨਾ, ਅਤੇ ਮੈਂ ਨਹੀਂ ਪੁੱਛਣਾ। ਆਹ ਦੇਖੋ ਗਾਈਸ, ਆਹ ਬੂਟ ਕਿੱਥੇ ਲਾਏ ਨੇ? ਫਰਿੱਜ ਦੇ ਅੱਗੇ। ਕੀ ਬੰਦਾ ਕਹੇ ਹੈ ਨਾ, ਕੰਮ 'ਚ ਬਈਏ 'ਚ ਹੀ ਲੰਘ ਜਾਂਦਾ। ਫਿਰ ਮੈਂ ਸੂਟ ਪਲੇਅਰ ਕੀਤਾ ਬਰਬਰੀ ਦਾ, ਮੈਂ ਇਹਦੇ ਨਾਲ ਨਾ ਪਲਾਜੋ ਬਣਾਇਆ, ਪਲਾਜੋ ਬਣਵਾਇਆ ਇਹਦੇ ਨਾਲ, ਅਤੇ ਦੱਸਿਓ ਕਿਵੇਂ ਦਾ ਲੱਗਦਾ। ਇਹ 'ਚ ਸੇਮ ਤਾਂ ਨਹੀਂ ਮਿਲਣਾ ਹੈਗਾ, ਇਹਦੇ 'ਚ ਹੋਰ ਮਤਲਬ ਕਲਰ ਆਏ ਪਏ ਨੇ ਇਹਦੇ 'ਚ ਕਾਫੀ। ਜੇ ਮੇਰੀ ਕਿਸੇ ਭੈਣ ਨੇ ਬਾਏ ਕਰਨਾ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਓ। ਅਤੇ ਇਹ ਮੈਂ ਐਵੇਂ ਸਟਿਚ ਕਰਾਇਆ। ਇਸ ਵਾਰ ਮੈਂ ਲੈਸਾਂ ਲੂਸਾਂ ਕੁਛ ਨਹੀਂ ਲਗਵਾਈਆਂ ਹੈਗੀਆਂ, ਸਿੰਪਲ ਹੀ ਰਖਾਇਆ ਸਿਰ ਬਾਜੂ 'ਤੇ ਲੈਸ ਲਗਵਾਈ ਅਤੇ ਘੇਰੇ 'ਤੇ। ਅਤੇ ਘੇਰੇ 'ਤੇ ਮੈਂ ਨਾ ਉੱਚਾ ਹੋ ਗਿਆ ਸੀ ਤਾਂ ਕਰਕੇ ਮੈਨੂੰ ਨਾ ਭੈਣਾਂ ਦੇ ਕਮੈਂਟ ਆਏ ਸੀ ਕਿ ਤੁਸੀਂ ਉੱਚੇ ਸੂਟ ਸੋਹਣੇ ਨਹੀਂ ਲੱਗਦੇ, ਤਾਂ ਕਰਕੇ ਮੈਂ ਘੇਰੇ 'ਤੇ ਲੈਸ ਲਗਵਾ ਲਈ, ਨਹੀਂ ਤਾਂ ਮੈਂ ਅਦਰਵਾਈਜ਼ ਘੇਰੇ 'ਤੇ ਨਹੀਂ ਲਗਵਾਉਣੀ। ਅਤੇ ਇਹ ਮੇਰੇ ਸੂਟ ਦੀ ਅਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਤੁਹਾਨੂੰ, ਮੈਨੂੰ ਪਸੰਦ ਨਾ ਪਸੰਦ। ਇੱਕੋ ਜਿਹੀ ਉਹ ਹੋਏਗੀ, ਡਬਲ ਜਿਹੀ ਹੋਈ ਪਈ ਗੱਲ, ਮੈਨੂੰ ਟੈਟ ਕਰਵਾ ਦਿਓ। ਦੇਖੋ ਮੈਂ ਕਿੰਨੇ ਕੰਮ ਕਰਦੇ ਹਾਂ, ਵਿੱਚੇ ਤੜਕਾ ਲਾ ਰਹੀ, ਵਿੱਚੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੀ, ਵਿੱਚੇ ਤੁਹਾਨੂੰ ਮੈਂ ਸੂਟ ਦਿਖਾ ਤਾ। ਦਾਲ ਮੱਖਣੀ ਗਰਮ ਮਸਾਲਾ ਕਸਟਰਡ, ਦਾਲ ਮੱਖਣੀ ਮਸਾਲਾ ਪਾਪਾ ਤੋਂ ਐਸੀ ਹੈ ਬਸ। ਇਹ ਲੋ ਏਸੀ ਦਾ ਤਾਂ ਮੌਸਮ ਰਿਹਾ ਨਹੀਂ, 2 ਦਿਨ ਹੋ ਗਏ ਅਸੀਂ ਪੱਖੇ ਥੱਲੇ ਪੈ ਰਹੇ ਹਾਂ, ਪਤਾ ਏਸੀ ਦਾ ਹੁਣ ਮੌਸਮ ਐਵੇਂ ਦਾ ਹੋ ਗਿਆ ਵੀ ਠੰਡਾ ਹੋ ਗਿਆ, ਸ਼ਾਮ ਨੂੰ ਠੰਡਾ ਹੋਣ ਲੱਗ ਪਿਆ, ਏਸੀ ਦੀ ਲੋੜ ਨਹੀਂ ਪੈਂਦੀ। ਦਮਨ ਨੇ ਤਾਂ ਉੱਥੋਂ ਉੱਤਰ ਕਰਤਾ, ਦਮਨ ਅੱਜ ਤੋਂ ਬਾਅਦ ਤੜਕਾ ਲਾਉਣਾ ਸਿੱਖ ਲੈ, ਠੀਕ ਹੈ? ਨਹੀਂ ਮੰਮਾ, ਮੈਂ ਨਾ ਆਈ ਸੀਗੀ ਤੇ ਤੁਹਾਨੂੰ ਦੇਖਿਆ ਮੈਂ, ਤੇ ਮੈਂ ਪਾਸੇ ਹੋ ਗਈ। ਕੋਈ ਨਹੀਂ, ਵਾਸਤੇ ਲੜਕਾ ਲਾ ਲਾ ਬਸ, ਹੈ ਇੰਨਾ ਪਿਆਜ ਸਾਰੇ ਪੈ ਸਾਰੇ ਲੱਗ ਗਏ ਹੁਣ, ਤਾਂ ਕੋਈ ਗੱਲ ਨਹੀਂ, ਥੋੜੀ ਜਿਹੀ ਆਹੋ ਨਹੀਂ ਵੈਸੇ ਕਾਂਜੀ ਜਾਂ ਹੋ ਜਾਊਗਾ, ਐਡੀ ਕੋਈ ਗੱਲ ਨਹੀਂ। ਹਾਂ ਹਾਂ ਹਾਂ,
ਅੱਗੇ ਤੋਂ ਐਵੇਂ ਨਹੀਂ ਕਰਨਾ, ਸਮਝ ਗਏ ਨਾ? ਠੀਕ ਆ। ਦੁੱਧ ਕਿੱਥੇ ਰੱਖਾਂ? ਦੁੱਧ ਫ੍ਰਿਜ ਚ ਰੱਖਿਆ। ਫ੍ਰਿਜ ਖੋਲ। ਪਿੰਡੋ ਆਏ ਨੇ ਸਾਨੂੰ ਖੀਰ ਪੂੜੇ ਤੇ ਦਮਨ ਦੇ ਤੇਰੇ ਦੀ ਲੈ ਤੇਰੀ ਲੱਗੀ ਪਈ ਹੈ। ਵਧੀਆ ਬਣੇ ਨੇ। ਦਮਨ ਨੇ ਅੱਜ ਸਾਰਾ ਕੁਛ ਬਾਹਰ ਦਾ ਹੀ ਖਾਧਾ, ਸਵੇਰ ਦਾ ਹੀ, ਉੱਤੋਂ ਹੁਣ ਖੀਰ ਪੂੜੇ। ਨਾਲੇ ਦਮਨ ਕਹਿੰਦੀ ਮੈਨੂੰ ਤਜਾਬ ਬਣਿਆ, ਲਿਆ ਸੀ ਵੀ ਖਾ ਲਈਏ। ਇੱਕ ਪਾਸੇ ਫੋਨ ਚੱਲ ਰਿਹਾ। ਤੇ ਲਓ ਜੀ, ਰੋਟੀ ਰੋਟੀ ਆਪਾਂ ਨੇ ਖਾ ਲਈ ਸੀ ਅਤੇ ਇੱਧਰ ਆਪਾਂ ਵੀਡੀਓ ਸ਼ੂਟ ਕਰਕੇ ਹਟੇ ਹਾਂ। ਨਿਊ ਕਲੈਕਸ਼ਨ ਆਈ ਹੈ ਕੱਲ੍ਹ ਦੀ, ਬਹੁਤ ਵਧੀਆ ਹੈ, ਚਨੋਨ ਸਿਲਕ ਦੇ ਉੱਪਰ ਆਇਆ, ਬਹੁਤ ਪਿਆਰੇ ਸੂਟ ਨੇ, ਆਲ ਓਵਰ ਸੂਟ ਆਏ ਨੇ। ਅਤੇ ਆਪਾਂ ਬਸ ਵੀਡੀਓ ਸ਼ੂਟ ਕਰਕੇ ਮੈਂ ਅਤੇ ਦਮਨ ਹਟੇ ਹਾਂ, ਹੁਣ ਅਸੀਂ ਇੱਦੂ ਬਾਅਦ ਸੋਵਾਂਗੇ। ਅਤੇ ਆਹ ਕਲਰ ਨੇ ਮੈਂ ਵੀਡੀਓ 'ਚ ਦਿਖਾਏ ਨੇ, ਅਤੇ ਇਹ ਵਲੌਗ ਆਏਗਾ ਸਵੇਰੇ 8 ਵਜੇ, 8:30 ਆਏਗਾ, ਅਤੇ ਇਹ ਸੂਟਾਂ ਵਾਲਾ ਵਲੌਗ ਤੁਹਾਨੂੰ ਆਏਗਾ 10:30 ਦੋਨਾਂ ਚੈਨਲਾਂ 'ਤੇ ਆਏਗਾ, ਪੰਜਾਬੀ ਪਹਿਰਾਵੇ 'ਤੇ ਵੀ ਅਤੇ ਬਾਸੀ ਫੈਮਿਲੀ 'ਤੇ ਵੀ। ਜਾ ਕੇ ਪਲੀਜ਼ ਜ਼ਰੂਰ ਦੇਖਿਓ। ਅਤੇ ਬਹੁਤ ਹੀ ਪਿਆਰੇ ਸੂਟ ਆਏ ਨੇ, ਇੰਨੇ ਸੋਫਟ ਨੇ ਨਾ, ਇੰਨੇ ਸੋਫਟ ਨੇ, ਮੱਖਣ ਵਰਗੇ ਪਏ ਨੇ, ਬੜੇ ਪਿਆਰੇ ਪ੍ਰਿੰਟ ਨੇ। ਅਤੇ ਆਪਣੇ ਕੋਲ ਆਹੀ ਪ੍ਰਿੰਟ ਆਏ ਨੇ, ਛੇਤੀ ਤੋਂ ਛੇਤੀ ਆਪਣਾ ਔਰਡਰ ਦੇ ਦਿਓ ਵਟਸਐਪ ਨੰਬਰ 'ਤੇ ਮੈਸੇਜ ਕਰਕੇ ਮੈਨੂੰ। ਅਤੇ ਆਹ ਆਪਾਂ ਪਹਿਲਾਂ ਵੀਡੀਓ ਪਾਈ ਸੀ, ਇਹ ਵੀ ਸੂਟ ਆਪਣੇ ਕਾਫੀ ਸੇਲ ਹੋਏ ਨੇ, ਇਹ ਵੀ 30 ਦੇ ਨੇ ਅਤੇ ਇਹ ਵੀ 30 ਦੇ ਨੇ। ਅਤੇ ਜਿਨ੍ਹਾਂ ਨੂੰ ਮੇਰੀਆਂ ਭੈਣਾਂ ਨੂੰ ਪਤਾ ਅਤੇ ਤੁਸੀਂ ਵੀਡੀਓ ਦੇਖਿਓ ਜ਼ਰੂਰ ਸੂਟਾਂ ਵਾਲੀ, ਉਹਦੇ ਵਿੱਚ ਸਾਰਾ ਬ੍ਰਾਂਡ ਦੱਸਿਆ ਹੋਇਆ ਆਪਾਂ ਨੇ ਕਿ ਕਿਹੜੇ ਨੇ ਅਤੇ ਕਿਹੜਾ ਕਿਹੜਾ ਫੈਬਰਿਕ ਹੈ। ਅਤੇ ਚਲੋ ਜੀ, ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਾਏ ਬਾਏ, ਗੁੱਡ ਨਾਈਟ।